ਲੋ ਵੀ ਮਿੱਤਰੋ ਪਿੰਡ ਖਾੜੇ ਖਾੜੇ ਰੋਟੀ ਦਾ ਪ੍ਰਬੰਧ ਦੇਖੋ ਤੁਸੀਂ ਬਾਜੀ ਤੇ ਬਾਜੀਆਂ ਤੁਸੀਂ ਹੋਰ ਵੀ ਬਹੁਤ ਦੇਖਦੇ ਹੋਵੋਗੇ ਪਰ ਐਂ ਆਉਂਦਾ ਬਾਈ ਸਵਾਦ ਨਹੀਂ ਆਇਆ ਪੂਰਾ ਟੋਪਲਾ ਪ੍ਰਬੰਧ ਆ ਬਾਈ ਅਗਲਾ ਕਹਿ ਦਿੰਦਾ ਵੀ ਬਾਜੀਆਂ ਆਏ ਆ ਜਾਓ ਜਿਵੇਂ ਕਹਿੰਦਾ ਵਿਆਹ ਹੋ ਜੇ ਬਾਈ ਪੂਰਾ ਵਧੀਆ ਇੱਕ ਬਾਜੀ ਆ ਤੁਸੀਂ ਐਂ ਹਿਸਾਬ ਲਾ ਲਓ ਮੀਟ ਬਾਈ ਕ੍ਰਾਂਤੀ ਖੜਾ ਐਂ ਬਾਜੀਆਂ ਤੇ ਬਾਈ ਨਜ਼ਾਰਾ ਆਉਂਦਾ ਇਨਸਾਫ ਵੀ ਹੋਵੇ ਪਰ ਹਨਾ ਫੁੱਲ ਕਈ ਬਾਜੀਆਂ ਤੇ ਰੋਟੀ ਦਾ ਤਾਂ ਸਿਰਾ ਕਰਿਆ ਪਿਆ ਹੁੰਦਾ ਪਰ ਜਦੋਂ ਗੱਲ ਇਨਸਾਫ ਦੀ ਆ ਜੇ ਉਦੋਂ ਫਿਰ ਰਿਕਾਊਂਡੀਆਂ ਹੀ ਹੁੰਦੀਆਂ ਗਰੁੱਪਾਂ 'ਚ ਆਈਆਂ ਵੀ ਵੀ ਬਾਈ ਗਲਤ ਕਰਿਆ ਐਂ ਹੋ ਗਿਆ ਉਹ ਹੋ ਗਿਆ ਆਪਾਂ ਕਹਿੰਦੇ ਵੀ ਰੋਟੀ ਵੀ ਖਵਾਓ ਇਨਸਾਫ ਵੀ ਵਧੀਆ ਕਰੋ ਪੂਰਾ ਵਧੀਆ ਹਨਾ ਇਹ ਬਾਈਆਂ ਨੇ ਇਨਸਾਫ ਵਾਲਾ ਜਾਬੀ ਚੱਕਦਾ ਬੰਦੇ ਨਹੀਂ ਚਾੜਨਾ ਕਾਪੀ 'ਤੇ ਕੋਈ ਬਸ ਆਪਦੇ ਕਬੂਤਰ ਵਾਲੇ ਬੰਦੇ ਹੀ ਚਾੜਨਗੇ ਬਾਹਰ ਲਿਓ ਵੀ ਉਹਨਾਂ ਨੇ ਕਬੂਤਰ ਚੈੱਕ ਕਰਨਾ ਉਹਨਾਂ ਨੇ ਕਰਨਾ ਸਾਰਾ ਉਹਦਾ ਬਹੁਤ ਸੋਹਣਾ ਲੱਗਿਆ ਯਾਰ ਇੰਤਜ਼ਾਮ ਆਪਾਂ ਦਾ ਡਿਸ ਪਲੈਣਾ ਕਬੂਤਰਾਂ ਵਾਲਾ ਪੂਰਾ ਹਾਲਾ ਹਾਲਾ ਮੈਂ ਕਿਹੜਾ ਰੋਕਦਾ ਤੜਕੇਦਾਰ ਤੇ ਮੈਨੂੰ ਇਹ ਕਰੀ ਜਾਂਦਾ ਹੱਥ ਜਗੜਾ ਕਰ ਦਿੰਦਾ ਮੇਰੀ ਬਣਾ ਦੇ ਮੇਰੀ ਬਣਾ ਦੇ ਹੁਣ ਬਣਾ ਦੀ ਹੁਣ ਹੱਥ ਖੜੇ ਕਰਦਾ ਵੀ ਰਹਿ ਜਾਂਦੇ ਰਮਣਾ ਗਾਲ ਕਈ ਵਾਰੀ ਬੰਦੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਿਲਦੇ ਹੁੰਦੇ ਵੀ ਮਿਲਦੇ ਤਾਂ ਇੱਕ ਅੱਧੀ ਵਾਰੀ ਹੋਈ ਆ ਪਰ ਲਿਹਾਜ ਉਹਨਾਂ ਨਾਲ ਵਾਲੀ ਪੈ ਜਾਂਦੀ ਆ ਇਹ ਕੁਦਰਤੀ ਗੱਲ ਹੀ ਹੁੰਦੀ ਆ ਬੰਦੇ ਦੇ ਨੇਚਰ ਦੀ ਗੱਲ ਬਾਈ ਗਿੰਦੇ ਸ਼ੇਰਪੁਰਾ ਇਹਨੂੰ ਬਾਈ ਨੂੰ ਮਿਲੇ ਬਹੁਤ ਘੱਟ ਆ ਪਰ ਲਿਹਾਜ ਇੰਨੀ ਪੈ ਗਈ ਵੀ ਜਦੋਂ ਮਰਜ਼ੀ ਅੱਧੀ ਰਾਤ ਤੋਂ ਫੋਨ ਕਰ ਦਈਏ ਜਾਏ ਕਿਸੇ ਕਿਸੇ ਬੰਦੇ ਦੇ ਸੁਭਾਅ ਦਾ ਹਨਾ ਵਰਤ ਵਰਤਾਵੇ ਦਾ ਉਹੀ ਬਸ ਦਿਲੋਂ ਪੈ ਜਾਂਦਾ ਕੁਦਰਤੀ ਪਰਮਾਤਮਾ ਮੰਨੀ ਹੁੰਦੀ ਆ ਇਹ ਕਈ ਵਾਰੀ ਕਿਸੇ ਦੇ ਕੋਲੇ ਆ ਜਾ ਬੈਠੀ ਜਾ ਚਾਹੇ ਰੋਜ਼ ਵਗ ਜਾ ਤਾਂ ਵੀ ਨਹੀਂ ਲਿਹਾਜ ਪੈਂਦੀ ਉਹ ਕਹਿ ਦਿੰਦੇ ਹੁੰਦੇ ਨੱਤੀ ਜਾ ਕੇ ਡੇਰੇ ਲਾ ਲਈਏ ਕਦਰ ਘੱਟ ਜਾਂਦੀ ਆ ਉਹ ਗੱਲਾਂ ਸੱਚੀਆਂ ਨੇ ਸਿਆਣਿਆਂ ਦੀਆਂ ਬਣਾਈ ਜਾਵੇ 87 11,000 ਮੁੱਢ ਨੂੰ 87 ਕਬੂਤਰ ਉੱਡ ਗਏ ਅਸੀਂ ਕਹਿੰਦੇ ਹਾਂ ਜਲਦੀ ਕਰ ਲਿਓ ਨਾਲ ਪੈਰਾਂ